नमस्कार, तुसी देख रहे हो इंडिया क्राइम न्यूज़ 24। पंजाब सूबे च कांग्रेस पार्टी ने अपनी सरकार बनाउन तो पहला पंजाब दे लोकां नाल वादे कीते सी कि किसानां दे सारे कर्जे मुआफ कर दिते जाणगे, हर घर दे परिवार दे एक जी नूं नौकरी दित्ती जाएगी। इसे तरह नशियां नूं 4 हफ्तियां विच बंद करन दा वादा कीता गया सी। पंजाब सरकार ने सत्ता संभालण तो बहुत भावें लोगों नाल किते वादियां नूं पूरा नहीं किया, पर उन्हां नालों किते चोन वादे पूरे ना करन कारण पंजाब की जवानी ते किसानी आत्महत्या दे राह पै रही है। परंतु पंजाब सरकार कुंभकर्णी नींद सुती हुई है। इसे तरह एक नवा दर्दनाक मामला, गुरु हर सहाय दे एक नौजवान ने कर्जे अते बेरोजगारी तो तंग आके खुदकुशी की है। खुदकुशी का कारण, इस नौजवान ने खुदकुशी करन तो पहला फेसबुक उपर अपने कर्जे अते बेरोजगारी संबंधी पोस्ट पा के खुदकुशी का कारण भी दसिया है। फिरोजपुर तो जतिंद्रपाल सिंह की रिपोर्ट, देखते रहो इंडिया क्राइम न्यूज़ 24। ਪੜ੍ਹਿਆ ਲਿਖਿਆ ਸੀ, ਨੌਕਰੀ ਨਾਲ ਮੈਂ ਕਰਕੇ ਲੋਕਡਾਊਨ ਹੋ ਗਿਆ, ਇਸ ਕਰਕੇ ਕਿਸ਼ਤਾਂ ਤਾਰੀਆਂ ਨਹੀਂ ਜਾਂਦੀਆਂ ਸੀ। ਕਾਹਦੀਆਂ ਕਿਸ਼ਤਾਂ ਸੀ ਜੀ? ਇਹ ਬੈਂਕ ਦਾ, ਸਿੱਧ ਬੈਂਕ ਦਾ ਲੋਨ ਸੀ। ਕਾਹਦੇ ਵਾਸਤੇ ਲਿਆ ਸੀ ਲੋਨ ਜੀ? ਖੇਤੀਬਾੜੀ ਕਰਨ ਵਾਸਤੇ। ਹੋਰ ਕੋਈ ਕੰਮ ਕਰਦਾ ਸੀ ਲਾਪਰੇਜ ਜੀ? ਕੋਈ ਕੰਮ ਨਹੀਂ ਕਰਦਾ, ਲੋਕਡਾਊਨ ਲੱਗਾ ਹੋਇਆ ਸੀ, ਇਸ ਕਰਕੇ ਪਰੇਸ਼ਾਨੀ ਜ਼ਿਆਦਾ ਲੈਂਦਾ ਸੀ। ਪੜ੍ਹਿਆ ਲਿਖਿਆ ਹੈਗਾ ਸੀ, ਨੌਕਰੀ ਮਿਲਣ ਕਰਕੇ ਪਰੇਸ਼ਾਨੀ ਜ਼ਿਆਦਾ ਲੈਂਦਾ ਸੀ। ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ? ਅਸੀਂ ਤਾਂ ਸਰਕਾਰ ਦਾ ਇਹ ਮੰਗ ਕਰਦੇ ਹਾਂ ਵੀ ਜੋ ਸਾਡਾ ਕੋਈ ਲੈਣ ਦੇਣ ਹੈ ਮਾਫ਼ ਕੀਤਾ ਜਾਵੇ। ਦੱਸ ਲਿਆ ਜੀ ਕੀ ਕਾਰਨ ਬਣਾਈ ਲਾਪਰੀ ਦੀ ਮੌਤ ਆ ਜੀ? ਵੇਖੋ ਜੀ, ਲਾਪਰੀ ਦੇ ਇੱਕ ਬੜਾ ਹੀ ਹੋਣਹਾਰ ਅਤੇ ਬਹੁਤ ਵਧੀਆ ਨੌਜਵਾਨ ਸੀ, ਪੜ੍ਹਿਆ ਲਿਖਿਆ ਨੌਜਵਾਨ ਸੀ ਅਤੇ ਪੜ੍ਹ ਲਿਖ ਕੇ ਬੇਰੁਜ਼ਗਾਰ ਸੀ। ਇਸ ਲਈ ਉਹਦੇ ਪਿਤਾ ਜੀ ਨੇ ਆਪਣੇ ਘਰ ਪਰਿਵਾਰ ਦੀਆਂ ਲੋੜਾਂ ਵਾਸਤੇ, ਉਹਦੀਆਂ 2-3 ਸਿਸਟਰ ਨੇ ਉਹਨਾਂ ਦੀਆਂ ਮੈਰਿਜਾਂ ਕੀਤੀਆਂ, ਥਾਂ ਥਾਂ ਤੋਂ ਵਿਚਾਰੇ ਨੇ ਜਿਹੜਾ ਸਰਕਾਰੀ ਲੋਨ ਲਿਆ ਹੋਇਆ ਸੀ। ਅੱਜ ਦੁਨੀਆ ਦੇ ਉੱਤੇ ਮਹਾਂਮਾਰੀ ਬਿਮਾਰੀ ਚੱਲ ਰਹੀ ਸੀ, ਉਸ ਬਿਮਾਰੀ 'ਤੇ ਚੱਲਦੇ ਹੋਏ ਪੰਜਾਬ ਸਰਕਾਰ ਨੇ, ਸੈਂਟਰ ਸਰਕਾਰ ਨੇ ਲੋਕਡਾਊਨ ਲਾਇਆ ਹੋਇਆ ਸੀ, ਪਰ ਉਹਦੇ ਬਾਵਜੂਦ ਵੀ ਵਾਰ ਵਾਰ ਕਦੀ ਬੈਂਕ ਤੋਂ ਕਦੀ ਕੋਈ ਪ੍ਰਾਈਵੇਟ ਤੌਰ 'ਤੇ ਇਸ ਪਰਿਵਾਰ ਨੂੰ ਜਿਹੜਾ ਲੋਨ ਲੈਣ ਵਾਸਤੇ, ਕਰਜ਼ਾ ਵਾਪਸ ਕਰਨ ਵਾਸਤੇ ਜਿਹੜਾ ਤੰਗ ਪਰੇਸ਼ਾਨ ਕਰ ਰਹੇ ਸੀ। ਔਰ ਉਹ ਜਿਹੜਾ ਬੱਚਾ ਸੀਗਾ ਉਹ ਥਾਂ ਥਾਂ 'ਤੇ ਨੌਕਰੀ ਵਾਸਤੇ ਭੜਕ ਰਿਹਾ ਸੀਗਾ, ਉਹਨੂੰ ਕਿਤੇ ਵੀ ਕਿਤੇ ਨੌਕਰੀ ਨਹੀਂ ਮਿਲ ਰਹੀ ਸੀ, ਕਿਤੇ ਉਹਦੇ ਰੁਜ਼ਗਾਰ ਦਾ ਜਿਹੜਾ ਧੰਦਾ ਹੈ ਉਹਨੂੰ ਨਹੀਂ ਮਿਲ ਰਿਹਾ ਸੀ। ਇਸ ਲਈ ਜਦੋਂ ਉਹ ਰੋਜ਼ ਆਪਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਹੁੰਦਾ ਵੇਖਦਾ ਸੀਗਾ, ਇਸ ਚੀਜ਼ ਤੋਂ ਉਹਨੇ ਕਰਜ਼ੇ ਵਰਗੀ ਲਾਹਣਤ ਤੋਂ ਤੰਗ ਆ ਕੇ, ਆਪਣੇ ਮਾਤਾ ਪਿਤਾ ਦੀ ਪਰੇਸ਼ਾਨੀ ਤੋਂ ਤੰਗ ਆਣ ਕੇ ਵੀ ਮੇਰੇ ਮਾਤਾ ਪਿਤਾ ਰੋਜ਼ ਪਰੇਸ਼ਾਨ ਹੁੰਦੇ ਨੇ, ਇਸ ਲਈ ਉਹਨੇ ਇਹ ਸਟੈਪ ਚੁੱਕਿਆ। ਸੋ ਉਹਦੀ ਅੱਜ ਜਿਹੜਾ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇਣ ਦਾ ਕਾਰਨ ਹੈ, ਉਹ ਇੱਕ ਕਰਜ਼ਾ ਹੀ ਹੈ ਪਰਿਵਾਰ ਵੱਲੋਂ ਜਿਹੜਾ ਉਹ ਕਰਜ਼ਾ ਚੜ੍ਹਿਆ ਹੈ ਸਿਰ 'ਤੇ। ਉਸ ਕਰਜ਼ੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਸਰਕਾਰ ਨੇ ਹਰ ਥਾਂ 'ਤੇ ਨਾਅਰਾ ਲਾਇਆ ਸੀ ਵੀ ਘਰ ਘਰ ਦਾ ਕਰਜ਼ਾ ਮਾਫ਼ ਕਰਾਂਗੇ, ਬੱਚੇ ਨੂੰ ਨੌਕਰੀ ਦੇਵਾਂਗੇ, ਨਾ ਤਾਂ ਕਿਸੇ ਪਰਿਵਾਰ ਦਾ ਕਰਜ਼ਾ ਮਾਫ਼ ਹੋਇਆ ਨਾ ਬੱਚੇ ਨੂੰ ਨੌਕਰੀ ਮਿਲੀ। ਜੇ ਇਸ ਬੱਚੇ ਨੂੰ ਨੌਕਰੀ ਮਿਲ ਜਾਂਦੀ, ਹੋ ਸਕਦਾ ਸੀ ਇਹ ਬੱਚਾ ਇਹ ਸਟੈਪ ਨਾ ਚੁੱਕਦਾ, ਅੱਜ ਆਪਣੇ ਮਾਪਿਆਂ ਦੇ ਵਿੱਚ ਬੈਠਾ ਹੁੰਦਾ। ਔਰ ਕਰਜ਼ਾ ਹੀ ਇਸ ਪਰਿਵਾਰ ਦੀ ਜਿਹੜੀ ਪਰੇਸ਼ਾਨੀ ਬਣੀ ਕਿ ਅੱਜ ਉਹਨਾਂ ਦਾ ਨੌਜਵਾਨ ਪੁੱਤ ਸੀ ਜਿਹੜਾ ਉਹ ਇਸ ਦੁਨੀਆ ਤੋਂ ਸਦਾ ਲਈ ਚਲੇ ਗਿਆ।